ਦੁਕਾਨਦਾਰ ਨਾਲ ਪਹਿਲਾਂ ਮਾਰੀਆਂ ਗੱਲਾਂ, ਫਿਰ ਮੋਟਰਸਾਈਕਲ ਚੋਰੀ ਕਰਕੇ ਹੋਇਆ ਫਰਾਰ। ਤਾਂ ਦੱਸ ਦੇ ਕਿ ਚੋਰ ਇੱਕ ਫਲਾਵਰ ਦੀ ਦੁਕਾਨ ਤੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ, ਜਿਸਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਹ ਚੋਰ ਇਸ ਦੇ ਵਿੱਚ ਭੱਜਦੇ ਨਜ਼ਰ ਆ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੀ ਵਾਰਦਾਤ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਂ ਦੱਸ ਦਈਏ ਕਿ ਵਾਰਦਾਤ ਵੀਡੀਓ ਮਾਰਕੀਟ ਦੇ ਵਿੱਚ ਵਾਪਰੀ ਹੈ, ਜਿੱਥੇ ਚੋਰ ਫਲਾਵਰ ਦੀ ਦੁਕਾਨ ਤੋਂ ਮੋਟਰਸਾਈਕਲ ਦੀ ਚੋਰੀ ਕਰਦੇ ਨੇ, ਜਿਸਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਕਰੀਬ 8 ਵਜੇ ਉਸਦਾ ਪੈਸ਼ਨ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਚੋਰ ਪਹਿਲਾਂ ਉਹਨਾਂ ਦੀ ਦੁਕਾਨ ਦੇ ਆਸ ਪਾਸ ਗੇੜੇ ਮਾਰਦਾ ਹੈ ਅਤੇ ਫਿਰ ਉਸਨੂੰ ਆ ਕੇ ਪੁੱਛਦਾ ਕਿ ਕਿੰਨਾ ਟਾਈਮ ਲੱਗੇਗਾ, ਅਤੇ ਜਦ ਉਸਨੇ ਕਿਹਾ ਕਿ ਥੋੜ੍ਹਾ ਟਾਈਮ ਲੱਗੇਗਾ ਤਾਂ ਚੋਰ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਉਹਨਾਂ ਕਹਿ ਕੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਉਹਨਾਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਕੀ ਨਾਮ ਕੀ ਬਿਲਕੁਲ? ਟਿੰਕੂ। ਟਿੰਕੂ ਜੀ, ਕੀ ਘਟਨਾ ਵਾਪਰੀ ਹੈ? ਕੱਲ੍ਹ ਸ਼ਾਮੀ 8:25 'ਤੇ ਨਾ ਇੱਕ ਮੁੰਡਾ ਆਇਆ ਸੀ ਅਮਲੀ ਜਿਹਾ, ਅਤੇ ਉਹ 2-4 ਗੇੜੇ ਕੱਢਦਾ ਰਿਹਾ ਇੱਥੇ, ਅਤੇ ਮੇਰੇ ਕੋਲ ਇੱਕ ਕਸਟਮਰ ਆਇਆ ਸੀ ਬੁੱਕੇ ਲੈਣ, ਤਾਂ ਮੈਂ ਪਹਿਲੇ ਬਾਹਰ ਬੁੱਕੇ ਬਣਾਇਆ, ਉਸ ਤੋਂ ਬਾਅਦ ਮੈਂ ਪੇਪਰ ਲਾਉਣ ਅੰਦਰ ਆ ਗਿਆ, ਅਤੇ ਮੇਰੀ ਗੁੜੀਆ ਬਾਹਰ ਖੇਡਦੀ ਪਈ ਸੀ, ਅਤੇ ਮੈਨੂੰ ਸ਼ੱਕ ਜਿਹਾ ਲੱਗਾ ਕਿ ਉਹ ਹੁਣ ਅਮਲੀ ਜਿਹਾ ਹੈਗਾ ਅਤੇ ਐਵੇਂ ਕੁਛ, ਅਤੇ ਮੈਂ ਗੁੜੀਆ ਨੂੰ ਅੰਦਰ ਆਵਾਜ਼ ਮਾਰ ਲਈ, ਤਾਂ 1-2 ਬੱਚੇ ਹੋਰ ਵੀ ਉੱਥੇ ਹੈਗੇ ਸੀ ਸਾਈਡ 'ਤੇ ਖੇਡਦੇ ਪਏ ਸੀਗੇ, ਅਤੇ ਉਸ ਤੋਂ ਬਾਅਦ ਮੈਂ ਵੀ ਅੰਦਰ ਆ ਗਿਆ, ਤਾਂ ਮੈਂ ਪੇਪਰ ਲਾਉਣ ਲੱਗ ਪਿਆ, ਉੱਧਰ ਉਹ ਆ ਕੇ ਨਾ ਉਸ ਤੋਂ ਬਾਅਦ 'ਚੋਂ ਮੋਟਰਸਾਈਕਲ ਲੈ ਗਿਆ ਚੱਕ ਕੇ ਮੇਰਾ। ਮੈਨੂੰ ਪੁੱਛੀ ਵੀ ਗਿਆ ਕਿ ਭਾਅ ਜੀ ਕਿੰਨਾ ਟਾਈਮ ਲੱਗਦਾ ਤੁਹਾਨੂੰ, ਮੈਂ ਕਿਹਾ ਤੂੰ ਦੱਸ ਦੇ ਕੰਮ ਕੀ ਹੈ, ਉਹਨੇ ਕੁਛ ਦੱਸਿਆ, ਕਹਿੰਦਾ ਕੋਈ ਨਹੀਂ ਤੁਸੀਂ ਕਰੋ ਕੰਮ। ਉਸ ਤੋਂ ਬਾਅਦ ਉਹਨੇ ਕਿੱਕ ਮਾਰੀ ਦਾ ਮੋਟਰਸਾਈਕਲ ਲੈ ਗਿਆ, ਪੈਸ਼ਨ ਪਲੱਸ, ਹੀਰੋ ਹੋਂਡਾ ਪੈਸ਼ਨ ਪਲੱਸ, ਉਹਦਾ ਨੰਬਰ ਹੈਗਾ PV05L6680। ਹਾਂਜੀ, ਮੈਂ ਰਾਤੀ ਦਰਖਾਸਤ ਇੱਕ ਵਾਰੀ ਦਿਆ ਸੀ, ਹੁਣ ਟਾਈਪ ਕਰਾ ਕੇ ਦਿਆ ਸਾਰਾ ਕੁਛ, ਤਾਂ ਮੇਰਾ ਜਿਹੜਾ ਕਾਗਜ਼ ਸੀ ਗੱਡੀ ਦਾ ਉਹਦੇ ਵਿੱਚ ਹੀ ਸੀਗਾ, ਗੱਡੀ ਦੇ ਵਿੱਚ RC ਵਗੈਰਾ ਜੋ ਵੀ ਹੈ। ਭਾਜੀ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਪੰਕਜ ਮੁੰਗਾ ਹੈ ਜੀ। ਪੰਕਜ ਜੀ, ਕੀ ਗੱਲਬਾਤ ਹੋਈ ਹੈ, ਕਿਸ ਤਰ੍ਹਾਂ ਦੀ ਬਾਈਕ? ਕੁਛ ਨਹੀਂ, ਕੱਲ੍ਹ ਰਾਤ ਇੱਥੇ ਖੜ੍ਹੇ ਸੀ, ਰਸ਼ ਸੀਗਾ ਥੋੜ੍ਹਾ ਜਿਹਾ, 2 ਚੋਰ ਆਏ ਨੇ, ਉਹਨਾਂ ਨੇ ਚਾਬੀ ਪਹਿਲਾਂ 3-4 ਗੇੜੇ ਲਾਏ ਨੇ, ਤਹਿਕੀਕਾਤ ਕੀਤੀ ਅੰਦਰ ਕੋਈ ਹੈ ਨਹੀਂ ਹੈ, ਅਤੇ 1 ਮਿੰਟ 'ਚ ਬਾਈਕ ਨੂੰ ਚਾਬੀ ਲਾਈ ਹੈ, ਗਾਇਬ ਹੋ ਗਿਆ ਬਸ। ਨਹੀਂ ਬਸ, ਵੀਡੀਓ ਕਲਿੱਪ ਵਗੈਰਾ ਸੀਗੇ ਸਾਡੇ ਕੋਲ, ਅਸੀਂ ਅਪਲੋਡ ਕਰਤੇ ਹਾਂ, ਹੁਣ ਪ੍ਰਸ਼ਾਸਨ ਦੇਖੇਗਾ ਕੀ ਆ। ਇਹ ਤਾਂ ਮਾੜੇ ਹਾਲਾਤ ਹੀ ਹੈ ਜੀ, ਹੋਏ ਪਏ, ਇੱਥੇ ਬੱਚੇ ਖੇਲ ਰਹੇ ਨੇ, ਸ਼ੁਕਰ ਕਰੋ ਕੋਈ ਬੱਚਾ ਨਹੀਂ ਲੈ ਗਿਆ, ਕੁਛ ਨਹੀਂ ਚੱਕ ਲਿਆ ਉਹਨੇ, ਕੁਛ ਕਾਰਨ ਹੁਣ ਉਹ ਨਹੀਂ ਹੋਰ ਕਰ ਦਿੰਦਾ, ਫਿਰ ਕੀ ਕਰਦੇ, ਅਤੇ ਸ਼ਰੇਆਮ ਹੋ ਰਿਹਾ ਅੱਜ ਕੱਲ੍ਹ ਇੱਥੇ, ਲੁੱਟਾਂ ਖੂਹਾਂ ਹੋਈ ਜਾ ਰਹੀਆਂ। ਹਾਂ ਬਿਲਕੁਲ ਜੀ, ਇਹ ਤਾਂ ਪ੍ਰਸ਼ਾਸਨ ਦੀ ਡਿਊਟੀ ਹੈ, ਜੇ ਐਡੇ ਕਲੀਅਰ ਕਲਿੱਪ 'ਤੇ ਵੀ ਅਗਰ ਨਹੀਂ ਕੁਛ ਕਰ ਸਕਦੇ ਤਾਂ ਫਿਰ ਪ੍ਰਸ਼ਾਸਨ ਦੀ ਗਲਤੀ ਹੈ ਜੀ, ਹੋਰ ਇਸ ਤੋਂ ਇਲਾਵਾ ਹੋਰ ਪੁਖਤਾ ਸਬੂਤ ਕੀ ਚਾਹੀਦੇ ਉਹਨਾਂ ਨੂੰ? ਮੰਗ ਤਾਂ ਇਹੀ ਕਰਦੇ ਹਾਂ ਕਿ ਇਹਨੂੰ ਰਿਕਵਰ ਕੀਤਾ ਜਾਵੇ, ਜਲਦੀ ਤੋਂ ਜਲਦੀ ਰਿਕਵਰੀ ਕੀਤੀ ਜਾਵੇ, ਚੋਰਾਂ 'ਤੇ ਨੱਥ ਪਾਈ ਜਾਵੇ।